ਉਹ ਵੋਟਾਂ ਵਾਲੀ ਮਸ਼ੀਨ ਦਾ ਜਿੰਨੇ ਸਬਕ ਸਿਖਾਇਆ ਪਿਛਲੇ ਸਾਲ ਪੜਾਇਆ ਜਦੋਂ ਆਵਾਮ ਦੇ ਕੋਲੋਂ ਲਿੱਤਰ ਪੈਣ ਲੱਗ ਗਏ ਪਪੂਲਾਰਿਟੀ ਸਿਫਰ ਤੇ ਡਿੱਗ ਗਈ ਮਹਿੰਗਾਈ ਨਾਲ ਚੂਰ-ਚੂਰਾ ਹਰਸ਼ਾ ਹੋ ਗਈ ਕਿਸੇ ਨੇ ਸਮਝਾਇਆ ਖਾਨ ਸਾਹਿਬ ਇੱਧਰ ਆਓ ਉਹ ਜਿਸ ਸਮਝਾਇਆ ਸੀ ਉਹ ਅਸਲ ਖਾਨ ਸਾਹਿਬ ਆਸ ਤੇ ਨਹੀਂ ਕਰ ਰਿਹਾ ਸੀ ਉਹ ਆਪਣੇ ਆਸ ਤੇ ਕਰ ਰਿਹਾ ਸੀ ਕਿ ਇਹ ਮੇਰੇ ਹੱਥ ਚ ਆ ਜਾਗੇ ਮੈਨੂੰ ਫੇਰ ਬਾਹਰ ਜਾਣ ਦੀ ਲੋੜ ਹੀ ਕੋਈ ਨਹੀਂ ਸੱਜੇ ਖੱਬੇ ਮੈਨੂੰ ਕੀ ਲੋੜ ਕੋਈ ਮੈਨੂੰ ਵੇਖਿਓ ਗਾਲਾਂ ਕੱਢੇ ਕਿਸੇ ਜਗ੍ਹਾ ਤੇ ਕੋਈ ਸੈਂਟਰ ਬਣਾ ਦੇਾਂਗੇ ਖੁਫੀਆ ਤੌਰ ਤੇ ਉੱਥੇ ਬਹਿ ਕੇ ਤੇ ਸਾਰਾ ਕੁਝ ਹੋ ਜਾਏਗਾ ਜਿੰਨੂੰ ਮਰਜ਼ੀ ਚਤਾ ਦੇਾਂਗੇ ਅਸੀਂ ਐਸੀ ਕਿਹੜੀ ਗੱਲ ਖਾਨ ਸਾਹਿਬ ਨੂੰ ਇਹ ਦੱਸਿਆ ਗਿਆ ਕਿ ਖਾਨ ਸਾਹਿਬ ਇਹ ਕਰੋ ਤੇ ਅਗਲੇ 15 ਸਾਲ ਤੁਸੀਂ ਜਾਂਦੇ ਨਹੀਂ ਕਿਤੇ ਹੁਣ ਉਸ ਭੋਲੇ ਨੂੰ ਕੀ ਪਤਾ ਹੈ ਕਿ ਇਹ ਇਹ ਆਪਣੇ ਆਸੇ ਕਰ ਰਿਹਾ ਹੈ ਮੇਰੇ ਆਸੇ ਨਹੀਂ ਕਰ ਰਿਹਾ ਠੀਕ ਹੈ ਨਾ ਇਹੀ ਹਾਲਤ ਉਹ ਮਸ਼ੀਨਾਂ ਵਾਲੀ ਜੀ ਤੇ ਓਵਰ ਸੀਜ਼ਾ ਮੈਂ ਤੁਹਾਨੂੰ ਪੂਰੀ ਤਫਸੀਲ ਦੇ ਚੜੀ ਹੈ ਅੱਲਾ ਦੇ ਫਜ਼ਲੋ ਕਰਮ ਨਾਲ ਇਹੋ ਹੀ ਗੱਲ ਹੈ ਔਰ ਇਹ ਲੋਹੇ ਦੇ ਉੱਤੇ ਲਕੀਰ ਜਿਹੜੀ ਮੈਂ ਦੱਸੀ ਔਰ ਇਹ ਮਸ਼ੀਨਾਂ ਵਾਲੀ ਵੀ ਇਹੀ ਗੱਲ ਇਹ ਮਸ਼ੀਨਾਂ ਵਾਲਾ ਬਿੱਲ ਜਿਹੜਾ ਇਹ ਵੀ ਖਾਨ ਸਾਹਿਬ ਦਾ ਬਿੱਲ ਨਹੀਂ ਕਿਉਂਕਿ ਖਾਨ ਸਾਹਿਬ ਨੇ ਨਾ ਰਹਿਣਾ ਨਾ ਗੱਲ ਨਾ ਬਾਤ ਸਿਆਸਤ ਖਤਮ ਹੋ ਜਾਣੀ ਉਹ ਇਲੈਕਸ਼ਨ ਕਮਿਸ਼ਨ ਦੇ ਵਿੱਚੋਂ ਉਹ ਫੈਸਲਾ ਆਣਾ ਫਾਰਨ ਫੰਡਿੰਗ ਕੇਸ ਦਾ ਹੋਰ ਕਈ ਕੇਸ ਨੇ ਲਾਤਦਾ ਚੀਜ਼ਾਂ ਨੇ ਤੇ ਕਿਹਾ ਸਟੈਬਲਿਸ਼ਮੈਂਟ ਇੰਨੀ ਬੇਵਕੂਫ ਕਿ ਪਾਕਿਸਤਾਨ ਜਿਹੜਾ ਉਹਦਾ ਤੜਨ ਤਖਤਾ ਕਰਨ ਤੋਂ ਬਾਅਦ ਵੀ ਉਹਨੇ ਇਹਨੂੰ ਹੀ ਲਿਆਉਣਾ ਯਾਰ ਆਖਰੂ ਮੱਦੇ ਬਤਰ ਨੇ ਉਹਨਾਂ ਨੂੰ ਸਾਰੀ ਖਬਰ ਪਤਾ ਹੈ ਪੂਰੀ ਦੁਨੀਆ ਉਹਨਾਂ ਨੂੰ ਕਹਿ ਰਹੀ ਹੈ ਕਿ ਇਹਨੂੰ ਲਾਓ ਅਮਰੀਕਾ ਬਰਤਾਨੀਆ ਰਸ਼ੀਆ ਚਾਈਨਾ ਤੁਰਕੀ ਸਾਰੇ ਕਹਿ ਰਹੇ ਨੇ ਇਹਨੂੰ ਇਹਨੂੰ ਜਾਨ ਚੜਾਓ ਕੀ ਕਰਦਾ ਫਿਰਦੇ ਤੁਸੀਂ ਮਲਕ ਤੁਸਾਂ ਤਬਾਹ ਆਪਣਾ ਕਰ ਲਿਆ ਕਿਹਾ ਏਡੇ ਬੇਵਕੂਫ ਨੇ ਕਿ ਇਹਦੇ ਵਾਸਤੇ ਉਹ ਮਸ਼ੀਨਾਂ ਲੈਣਗੇ ਇਹਨੂੰ ਫਿਰ ਜਿਤਾਣਗੇ ਜਿਤਾ ਕੇ ਫਿਰ ਬਿਠਾਣਗੇ ਤੇ ਮੁਲਕ ਤੇ ਗਿਆਨ ਆ ਫਿਰ ਇਸ ਵਾਸਤੇ ਉਹ ਏਡੇ ਬੇਫਕੂਫ ਨੇ ਉਹਨਾਂ ਨੇ ਮਜ਼ਾ ਚਖਣਾ ਸੀ ਚਖ ਲਿਆ ਜੋ ਕਰਨਾ ਸੀ ਕਰ ਲਿਆ ਹੁਣ ਉਹ ਚੀਜ਼ਾਂ ਉਸ ਪਾਸੇ ਨਾਲ ਕਰਨਾ ਚਾਹ ਰਹੇ ਨੇ ਬੈ ਇਹਨੂੰ ਇਸਤੇਮਾਲ ਕਰਕੇ ਇਹਦਾ ਨਾਂ ਇਸਤੇਮਾਲ ਕਰਕੇ ਇਹਦੇ ਕੋਲੋਂ ਜਿਵੇਂ ਉਹਨਾਂ ਨੇ ਇਹਨੂੰ ਨਾਰਾ ਦਿੱਤਾ ਸੀ 2011 ਅਕਤੂਬਰ ਦੇ ਵਿੱਚ ਨਰੇ ਪਾਕਿਸਤਾਨ ਵਿੱਚ ਕਿ ਤੂੰ ਇਹ ਤਿੰਨ ਚਾਰ ਨਾਰੇ ਬੋਰਨੇ ਨੇ 200 ਅਰਬ ਡਾਲਰ ਬਾਹਰ ਪਿਆ ਇਹ ਨਿਆਜ਼ੀ ਉਹ ਜ਼ਰਦਾਰੀ ਆਪਣਾ ਜ਼ਰਦਾਰੀ ਔਰ ਨਵਾਸ਼ਦੀਫ ਚੋਰ ਨੇ 8000 ਕਰੋੜ ਅਰਬ ਦਾ ਉਹ ਫਲੈਟ ਹੈ ਇਸ ਤਰ੍ਹਾਂ ਦੀ ਉਹਨਾਂ ਨਾਰੇ ਲਿਖ ਕੇ ਦਿੱਤੇ ਸੀ ਹੁਣ ਉਹਨਾਂ ਨੇ ਇਹਨੂੰ ਇਸ ਪਾਸੇ ਲਾਇਆ ਸੀ ਪਿਛਲੇ 6-8 ਮਹੀਨੇ ਤੋਂ ਕਿ ਤੂੰ ਇਹ ਮਸ਼ੀਨਾਂ ਵਾਲਾ ਰੋਲਾ ਪਾ ਹੁਣ ਇਹਨੂੰ ਕੀ ਪਤਾ ਕਿ ਦੇ ਪਿੱਛੇ ਕੀ ਚੱਕਰ ਹੈ ਮਤਲਬ ਉਹ ਇਹਨੂੰ ਤਾਂ ਨਹੀਂ ਨਾ ਹੁਣ ਲਿਆ ਸਕਦੇ ਉਹ ਪਾਕਿਸਤਾਨ ਇਕ ਤੇ ਪਾਕਿਸਤਾਨ ਦੀ ਆਵਮ ਰੋੜ ਗਈ ਮੁਲਕ ਤਬਾਹ ਹੋ ਗਿਆ ਮਾਇਸ਼ਤ ਤਬਾਹ ਹੋ ਗਈ ਹਰ ਚੀਜ਼ ਗਈ ਕਿਹਾ ਉਹ ਐਡੇ ਹੀ ਬੇਫਕੂਫ ਨੇ ਕਿ ਇਹਨੂੰ ਲੈ ਕੇ ਆਣਗੇ ਇਹਨਾਂ ਮਸ਼ੀਨਾਂ ਦੇ ਦਥੀਏ ਨਹੀਂ ਨਹੀਂ ਹੋ ਸਕਦਾ ਹੈ ਮਤਲਬ ਇਹ ਹੋ ਹੀ ਨਹੀਂ ਸਕਦਾ ਨਾ ਕਿ ਐਡੀ ਵੱਡੀ ਖਾਚੂ ਮਾਰ ਦੇਣ ਉਹ ਆਪਣੇ ਵਾਸਤੇ ਕਰ ਰਹੇ ਨੇ ਕਿ ਕੋਈ ਇਸ ਤਰ੍ਹਾਂ ਦਾ ਸਿਸਟਮ ਬਣੇ ਕੁ ਐਸੀਆਂ ਕੋ ਪੈੜੀਆਂ ਚੰਗੀਆਂ ਮਸ਼ੀਨਾ ਆ ਜਾਣ ਜਿਹਦਾ ਕੋ ਕੰਟਰੋਲ ਕਿਸੇ ਦੇ ਹੱਥੇ ਚ ਹੋਵੇ ਤੇ ਉੱਥੇ ਟੱਕ ਟੱਕ ਹੋ ਜਾ ਲੇਕਿਨ ਇਹ ਪਾਕਿਸਤਾਨ ਵਿੱਚ ਇਹ ਨਹੀਂ ਚੱਲ ਸਕਦਾ ਨਾ ਉਹਨਾਂ ਕਹਿੰਦੇ ਕੋਸ਼ਿਸ਼ ਕਰ ਲਈਏ ਲੇਕਿਨ ਆئین ਦੇ ਖਿਲਾਫ ਕਾਨੂੰਨ ਦੇ ਖਿਲਾਫ ਪਾਕਿਸਤਾਨ ਦੇ ਕੋਲ ਦੇ ਆਟਾ ਕੋਈ ਨਹੀਂ ਚੀਨੀ ਕੋਈ ਨਹੀਂ ਤੇ ਇਹ ਖਰਬਰ ਰੁਪਈਆ ਇਹਦੇ ਵਿੱਚ ਕਿੱਥੋਂ ਲੱਗੇਗਾ ਇਹਨਾਂ ਨੂੰ ਕੌਣ ਸੰਭਾਲੇਗਾ ਇਹਨਾਂ ਦਾ ਸਟਾਫ ਕਿੱਥੋਂ ਆਏਗਾ ਇਹਨਾਂ ਦੇ ਇੰਜੀਨੀਅਰ ਕਿੱਥੋਂ ਆਣਗੇ ਇਹਨਾਂ ਵਾਸਤੇ ਬਿਜਲੀ ਕਿੱਥੋਂ ਆਏਗੀ ਇਹਨਾਂ ਵਾਸਤੇ ਇੰਟਰਨੈਟ ਕਿੱਥੋਂ ਆਏਗਾ ਇਨਾਂ ਵਾਸਤੇ ਸਾਰੇ ਲਵਾਜਮਾਤ ਕਿੱਥੋਂ ਆਣਗੇ ਯੂਰਪ ਵਾਲੇ ਜਿਹੜੇ ਨੇ ਉਹਨਾਂ ਕਿਹਾ ਇਸ ਤੋਂ ਵੱਡੀ ਸਾਜ਼ਿਸ਼ ਹੀ ਕੋ ਨਹੀਂ ਕੋਈ ਮੁਲਕ ਨਹੀਂ ਕਰਦਾ ਐਸੇ ਕੰਮ ਕਿਸੇ ਪਾਸੇ ਲਾਣਾ ਸੀ ਨਾ ਉਹਨਾਂ ਨੇ ਇਹਨੂੰ ਬੇ ਰੌਲਾ ਐ ਪਾ ਜੇ ਤੂੰ ਕਹ ਲੱਗ ਗਿਆ ਤਾਂ ਠੀਕ ਹੈ ਤੂੰ ਮਤਲਬ ਕਿ ਤੂੰ ਕਿੱਥੇ ਹੋਣਾ ਇੱਥੇ ਇਹ ਗੱਲ ਇਹ ਵੀ ਉਹਨਾਂ ਦਾ ਬਿੱਲ ਏ ਓਵਰਸੀਜ਼ ਵਾਲਾ ਵੀ ਉਹਨਾਂ ਦਾ ਬਿੱਲ ਏ ਏ ਮੈਂ ਤੁਹਾਨੂੰ ਦੱਸ ਰਹਾ ਨਾ ਇਹ ਪੂਰੀ ਤਫਸੀਲ ਨਾਲ ਗੱਲ ਦੱਸੜੀ ਏ ਇਹ ਜਿਹੜੇ ਇਹ ਜਿਹੜੇ ਆ سوشل میڈیا ਤੇ ਸ਼ਬਾਜ਼ ਗਿੱਲ ਫਵਾਦ ਚੌਧਰੀ ਫਲਾਨਾ ਫਲਾਨਾ ਫਵਾਦ ਚੌਧਰੀ ਕਿਹਨਾਂ ਦਾ ਬੰਦਾ ਫਵਾਦ ਚੌਧਰੀ ਨੇ ਟਿਕਟ ਕਿਸ ਦਿੱਤੀ ਜਿਤਾਇਆ ਕਿਸ ਕੋਈ ਆਪ ਵੋਟ ਲੈ ਕੇ ਆਇਆ ਉਹਨੂੰ ਤੇ ਮਿਲਿਆ ਸੀ 5000 ਵੋਟ ਨੂਨ ਲਿਖਦੇ ਬੰਦੇ ਨੇ ਮਿਲਿਆ ਸੀ 110000 ਵੋਟ ਫਿਰ ਰਿਜ਼ਲਟ ਚੇਂਜ ਕਰਨਾ ਪਿਆ ਉਹਦੇ ਵੋਟ ਉਹਨੂੰ ਉਹਦੇ ਵੋਟ ਉਹਨੂੰ ਗੱਲ ਖਤਮ ਗੇਮ ਓਵਰ ਇਸ ਵਾਸਤੇ ਇਹ ਇਹ ਮੈਨੂੰ ਪੂਰੀ ਤਸੱਲੀ ਹੈ ਕਿ ਤੁਹਾਨੂੰ ਸਮਝ ਜਿਹੜੀ ਉਹ ਆ ਚੁੱਕੀ